ਬਠਿੰਡਾ ਵਿੱਚ ਮਨਾਇਆ ਗਿਆ ਵਾਤਾਵਰਨ ਦਿਵਸ। ਹਰ ਘਰ ਹਰਿਆਲੀ ਦੀ ਕੀਤੀ ਗਈ ਸ਼ੁਰੂਆਤ। ਪੂਰੇ ਪੰਜਾਬ ਵਿੱਚ ਅੱਜ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਹੈ। ਉੱਥੇ ਬਠਿੰਡਾ ਵਿੱਚ ਵੀ ਇਸ ਦੀ ਸ਼ੁਰੂਆਤ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਸਫਾਈ ਅਭਿਆਨ ਅਤੇ ਪੌਦੇ ਲਗਾ ਕੇ ਕੀਤੀ ਗਈ। ਹਰ ਘਰ ਹਰਿਆਲੀ ਦੇ ਤਹਿਤ ਸ਼ੁਰੂਆਤ ਬਠਿੰਡਾ ਦੇ ਸਿਵਲ ਲਾਈਨ ਏਰੀਆ ਤੋਂ ਕੀਤੀ ਗਈ, ਜਿੱਥੇ 2000 ਪੌਦੇ ਲਗਾਏ ਜਾਣਗੇ। ਉੱਥੇ ਬਠਿੰਡਾ ਦੀਆਂ ਸੜਕਾਂ 'ਤੇ 1 ਲੱਖ ਦੇ ਕਰੀਬ ਅਤੇ 2 ਲੱਖ ਦੇ ਕਰੀਬ ਹਰ ਗਰੀਬ ਦੇ ਘਰ ਪੌਦੇ ਪਹੁੰਚਾਉਣ ਦੀ ਸਕੀਮ ਹੈ। ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ, ADC ਬਠਿੰਡਾ ਸਾਕਸ਼ੀ ਸਾਨੀ ਅਤੇ DFO ਬਠਿੰਡਾ ਅੰਮ੍ਰਿਤਪਾਲ ਸਿੰਘ ਬਰਾੜ ਨੇ ਕਿਹਾ। ਵਾਤਾਵਰਣ ਦਿਵਸ 'ਤੇ ਜਿਹੜਾ ਹੈ ਅੱਜ ਨੋ ਪਲਾਸਟਿਕ ਦਾ ਜਿਹੜਾ ਹੈ ਥੀਮ ਹੈਗਾ, ਤਾਂ ਲੋਕਾਂ ਨੂੰ ਮੈਂ ਰਿਕੁਐਸਟ ਕਰਨਾ ਚਾਹਾਂਗਾ ਕਿ ਪਲਾਸਟਿਕ ਦਾ ਜਿੰਨਾ ਤੋਂ ਕਮ ਵਰਤੋਂ ਕਰੇ, ਬਿਲਕੁਲ ਹੀ ਵਰਤੋਂ ਨਹੀਂ ਕਰੇ ਤਾਂ ਬਹੁਤ ਹੀ ਚੰਗਾ ਗੱਲ ਹੋਊਗਾ। ਔਰ ਹੁਣ ਜਿਹੜਾ ਹੈ ਪੰਜਾਬ ਪੋਲਿਊਸ਼ਨ ਕੰਟਰੋਲ ਨੇ ਬਾਇਓਡਿਗ੍ਰੇਡੇਬਲ ਪੋਲੀਥੀਨ ਡਿਵੈਲਪ ਕੀਤਾ ਹੋਇਆ ਹੈ, ਉਸਨੂੰ ਵਰਤੋਂ ਕਰੇ। ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਇਹ ਇਸਦਾ ਵਰਤੋਂ ਹੋ ਰਿਹਾ ਹੈ ਹੁਣ, ਔਰ ਸਾਰੇ ਗੁਰਦੁਆਰਾ ਦੇ ਵਿੱਚ ਇਸ ਨੂੰ ਵਰਤੋਂ ਕਰਨਾ ਸ਼ੁਰੂ ਕੀਤਾ ਹੈ, ਤਾਂ ਲੋਕਾਂ ਨੂੰ ਇਹੀ ਰਿਕੁਐਸਟ ਕਰਾਂਗੇ ਬਾਇਓਡਿਗ੍ਰੇਡੇਬਲ ਪੋਲੀਥੀਨ ਜੋ ਹੈ ਉਸਨੂੰ ਵਰਤੋਂ ਕਰੇ। ਔਰ ਜਿਹੜਾ ਹਿਸਾਬ ਹੈ ਕਿ ਇੱਕ ਆਦਮੀ ਲਈ 18 ਪੌਦਾ ਦਾ ਲੋੜ ਹੈਗਾ, ਤਾਂ ਅਸੀਂ ਸੋਚ ਲਈਏ ਕਿ ਬਠਿੰਡਾ ਦਾ ਪਾਪੂਲੇਸ਼ਨ ਜਿਹੜਾ 13 ਲੱਖ ਦਾ ਹੈ, 13 × 18 ਕਿੰਨਾ ਹੁੰਦਾ ਹੈ, ਹੈ ਅਤੇ ਪੂਰਾ ਪੰਜਾਬ ਦਾ ਪਾਪੂਲੇਸ਼ਨ 2.5 ਕਰੋੜ ਦਾ ਹੈਗਾ, 2.5 ਕਰੋੜ × 18 ਕਿੰਨਾ ਹੁੰਦਾ ਹੈ, ਤਾਂ ਇਸੇ ਹਿਸਾਬ ਨਾਲ ਜਿਹੜੀ ਅਸੀਂ ਆਪਣਾ ਵਾਤਾਵਰਨ ਨੂੰ ਖਰਾਬ ਕਰੀਏ ਔਰ ਪੌਦਾ ਆਪਣਾ ਸਿਰਫ ਔਰ ਸਿਰਫ ਜਿਹੜਾ ਕੰਸਟਰਕਸ਼ਨ ਐਕਟੀਵਿਟੀ ਨੂੰ ਧਿਆਨ ਰਹੀਏ ਔਰ ਗ੍ਰੀਨਰੀ ਜਿਹੜਾ ਹੈ ਕੱਟ ਹੋ ਜਾਂਦੀ ਹੈ, ਤਾਂ ਅਸੀਂ ਜਿਹੜਾ ਹੈ ਇੱਕ ਨੈਗੇਟਿਵ ਐਨਵਾਇਰਮੈਂਟਲ ਗਰੋਥ ਨੂੰ ਜਿਹੜਾ ਹੈ ਬੜਾਵਾ ਦੇ ਰਹੇ ਹਾਂ। ਤਾਂ ਜਿੱਥੇ ਵੀ ਉਹਨਾਂ ਲੋਕਾਂ ਨੂੰ ਸਪੇਸ ਮਿਲ ਰਿਹਾ ਹੈ ਔਰ ਜਿੱਥੇ ਉਹ ਬਚਾਅ ਕਰ ਸਕਦੇ ਹੈ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪੌਦਾ ਵੱਧ ਤੋਂ ਵੱਧ ਲਗਾਏ ਅਤੇ ਸਾਡਾ ਜਿਹੜਾ ਵਾਤਾਵਰਨ ਨੂੰ ਬਚਾਏ। ਅੱਜ ਵਾਤਾਵਰਨ ਦਿਵਸ ਵੀ ਹੈਗਾ ਅਤੇ ਅੱਜ ਪੰਜਾਬ ਦੇ ਵਿੱਚ ਤੰਦਰੁਸਤ ਪੰਜਾਬ ਮਿਸ਼ਨ ਵੀ ਲਾਂਚ ਹੋ ਰਿਹਾ ਹੈ, ਜੋ ਕਿ ਇਹਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ। ਅੱਜ ਸਵੇਰੇ DC ਸਾਹਿਬ ਦੀ ਨਿਗਰਾਨੀ ਹੇਠ ਇੱਕ ਸਵੱਛ ਭਾਰਤ ਅਭਿਆਨ ਵੀ ਚਲਾਇਆ ਗਿਆ ਸੀ ਬੰਗੀ ਨਗਰ ਦੇ ਵਿੱਚ। ਇਸ ਤਰ੍ਹਾਂ ਦੀ ਮੁਹਿੰਮ ਅਸੀਂ ਹਰ ਹਫ਼ਤੇ ਕੋਸ਼ਿਸ਼ ਕਰਾਂਗੇ ਕਿ ਇੱਕ ਸਲੱਮ ਏਰੀਆ ਦੇ ਵਿੱਚ ਜਾਂ ਸਾਨੂੰ ਜਿੱਥੇ ਲੱਗਦਾ ਕਿ ਜ਼ਿਆਦਾ ਉੱਥੇ ਦਿੱਕਤ ਹੈ, ਉੱਥੇ DC ਸਰ ਆਪ ਜਾ ਕੇ ਟੀਮ ਲੀਡ ਕਰ ਰਹੇ ਹੈਗੇ ਹੈ, ਸੋ ਇਹ ਮੁਹਿੰਮ ਅਸੀਂ ਜਾਰੀ ਰੱਖਾਂਗੇ। ਨਾਲ ਹੀ ਅੱਜ ਸਰ ਵੱਲੋਂ ਇੱਥੇ ਪਲਾਂਟੇਸ਼ਨ ਵੀ ਕਰਾਈ ਗਈ ਹੈ ਅਤੇ ਇੱਕ ਸਕੀਮ ਜਿਹੜੀ ਅੱਜ ਵੀ ਲਾਂਚ ਹੋਵੇਗੀ ਉਹ ਹੈ ਹਰ ਘਰ ਹਰਿਆਲੀ ਸਕੀਮ, ਜਿਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਫਲਦਾਰ ਪੌਦਾ ਅਤੇ ਜਿਹੜੇ ਆਪਣੇ ਸ਼ੇਡੀ ਪਲਾਂਟਸ ਹੁੰਦੇ ਹੈ ਉਹ ਅਸੀਂ ਸਪੈਸ਼ਲੀ ਜਿਹੜੇ ਗਰੀਬ ਪਰਸਨਸ ਨੇ ਜਿਨ੍ਹਾਂ ਕੋਲ ਥਾਂ ਹੈਗੀ ਹੈ, ਜਿਵੇਂ ਸਾਨੂੰ ਪਤਾ ਹੈ ਕਿ ਗਰੀਬ ਲੋਕ ਜਿਹੜੇ ਪਿੰਡਾਂ 'ਚ ਰਹਿੰਦੇ ਉਹਨਾਂ ਕੋਲ ਪਸ਼ੂ ਜ਼ਰੂਰ ਹੁੰਦੇ ਬਟ ਥਾਂ ਉਨੀ ਕੁ ਹੀ ਹੁੰਦੀ ਹੈ, ਤਾਂ ਆਪਾਂ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਇੱਕ ਇੱਕ ਪੌਦਾ ਦੇਵਾਂਗੇ ਜਿਹਦੇ ਨਾਲ ਉਹ ਪਸ਼ੂ ਨੂੰ ਵੀ ਛਾਂ ਮਿਲ ਸਕੇ ਅਤੇ ਉਹਨਾਂ ਨੂੰ ਇੱਕ ਫਲਦਾਰ ਪੌਦਾ ਵੀ ਮਿਲ ਸਕੇ ਅਤੇ ਉਸ ਤੋਂ ਵੀ ਉਹ ਲਾਭ ਲੈ ਸਕਣ। ਸੋ ਇਹ ਸਾਡਾ ਅੱਜ ਦਾ ਮੰਤਵ ਹੈ। ਮੈਂ ਜੀ ਅੰਮ੍ਰਿਤਪਾਲ ਸਿੰਘ ਬਰਾੜ, PFS ਮਾਨਵ ਮੰਡਲ ਅਫਸਰ ਬਠਿੰਡਾ, ਮੇਰੇ ਨਾਲ ਮੇਰੇ ਕੁਲੀਗ ਸਰਦਾਰ ਗੁਰਪਾਲ ਸਿੰਘ ਢਿੱਲੋਂ, ਰੇਂਜ ਅਫਸਰ ਬਠਿੰਡਾ। ਅਸੀਂ ਇਹ ਜਿਹੜੀ 5 ਜੂਨ ਨੂੰ ਜਿਹੜੀ ਹੈਗੀ ਹੈ ਇੱਥੋਂ ਬਠਿੰਡਾ ਸਿਵਲ ਲਾਈਨ ਇਲਾਕੇ ਦੇ ਵਿੱਚੋਂ ਇਹ ਇਲਾਕੇ ਦੇ ਵਿੱਚ 2000 ਬੂਟੇ ਵਾਤਾਵਰਨ ਦਿਵਸ 'ਤੇ ਲਾ ਕੇ ਸ਼ੁਰੂਆਤ ਕੀਤੀ ਹੈ। ਪੂਰੇ ਬਠਿੰਡੇ ਦੇ ਵਿੱਚ ਲਗਭਗ 1 ਲੱਖ ਪਲਾਂਟ ਜਿਹੜੇ ਅਸੀਂ ਸੜਕਾਂ 'ਤੇ ਲਾਉਣੇ ਆ, ਨਰੇਗਾ ਦੇ ਅਧੀਨ ਲਾਉਣੇ ਹੈਗੇ ਆ ਅਤੇ ਬਾਕੀ ਸਾਡੀਆਂ ਜਿਹੜੀਆਂ ਡਿਪਾਰਟਮੈਂਟਲ ਵੱਖ ਵੱਖ ਸਕੀਮਾਂ ਹੈਗੀਆਂ ਉਹਦੇ ਜ਼ਰੀਏ ਅਸੀਂ ਜਿਹੜਾ ਹੈਗਾ ਸੜਕਾਂ ਦੇ ਉੱਤੇ ਬੂਟੇ ਲਾ ਰਹੇ ਹੈਗੇ। ਅਸੀਂ 2.5 ਲੱਖ ਪਲਾਂਟ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਨਵਾਂ ਪ੍ਰੋਜੈਕਟ ਲਾਂਚ ਕੀਤਾ ਹੈ ਘਰ ਘਰ ਹਰਿਆਲੀ ਦੇ ਤਹਿਤ, ਅਸੀਂ ਉਹ ਲੋਕਾਂ ਦੀ ਸਿਲੈਕਸ਼ਨ ਸਿਸਟਮ ਦੇ ਜ਼ਰੀਏ ਗਰੀਬ ਲੋਕਾਂ ਦੇ ਘਰ ਘਰ ਦੇ ਵਿੱਚ ਬੂਟਾ ਪਹੁੰਚਾਉਣ ਵਾਸਤੇ ਇਹਦੀ ਮੁਹਿੰਮ ਵੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ। ਅਸੀਂ ਜੂਨ ਜੁਲਾਈ ਦੇ ਵਿੱਚ ਹਰ ਘਰ ਦੇ ਵਿੱਚ 2.5 ਲੱਖ ਬੂਟਾ ਡਿਸਟ੍ਰੀਬਿਊਟ ਕਰਨਾ ਹੈ। 3 ਲੱਖ ਬੂਟੇ ਅਸੀਂ ਜਿਹੜਾ ਹੈਗਾ ਨਰੇਗਾ ਦੇ ਅਧੀਨ ਇਸ ਸਾਲ ਦੇ ਵਿੱਚ 18-19 ਦੇ ਦੌਰਾਨ ਤਿਆਰ ਕਰ ਰਹੇ ਹੈਗੇ ਹਾਂ ਅਤੇ 2.5 ਲੱਖ ਰੁਪਈਆ 2.5 ਲੱਖ ਪਲਾਂਟਸ ਅਸੀਂ ਹੋਰ ਵੱਖ ਵੱਖ ਜੰਗਲਾਤ ਦੀਆਂ ਸਕੀਮਾਂ ਦੇ ਵਿੱਚ ਵੀ ਤਿਆਰ ਕਰ ਰਹੇ ਹਾਂ। ਧੰਨਵਾਦ ਜੀ।